ਜੈ ਮਾਤਾ ਜੀ ਦੀ, ਜੈ ਬਾਬਾ ਜੀ ਦੀ। ਕਾਰਕ ਸਮਰਾਟ ਰਕੇਸ਼ ਕੁਮਾਰ ਜੋਗੀ ਜੀ, ਤੁਹਾਡਾ ਕੁਲ ਦੇਵਤਾ ਬਾਬਾ ਕਾਲੀ ਵੀਰ ਜੀ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ। ਔਰ ਜਿੰਨਾ ਕਿ 21 ਜੁਲਾਈ ਕੀ ਤੁਸੀਂ ਪਤਾ ਹੈ ਕਿ ਗੁਰਪੁਰਨਿਆ ਆ ਰਹੀ ਹੈ, ਇਸ ਗੁਰਪੁਰਨਿਆ ਦੇ ਉੱਪਰ ਕੀ ਕਰਨਾ ਚਾਹੀਦਾ, ਕਿਵੇਂ ਗੁਰੂ ਮਹਾਰਾਜ ਦੀ ਆਰਾਧਨਾ ਕਰਨੀ ਚਾਹੀਦੀ ਹੈ, ਥੋੜ੍ਹੇ ਆਪਣੇ ਵਿਚਾਰ ਰੱਖੋ ਮਹਾਰਾਜ। ਜੈ ਬਾਬਾ ਜੀ ਦੀ, ਜੈ ਬਾਬਾ ਜੀ, ਜੈ ਮਾਤਾ ਦੇ, ਜੈ ਬਾਬੇ ਦੀ। ਤੋ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਲਾਈਵ ਦਰਬਾਰ ਦੇ ਵਿੱਚ ਆਇਆ। ਬਾਬਾ ਕਾਲੀਵੀਰ ਰਾਜਾ ਮੰਡਲੀ, ਬਾਬਾ ਸਿੱਧਗੇਰੀਆ, ਬਾਬਾ ਸੁਰਗਤ ਪੰਜ ਵੀਰ, ਮਾਤਾ ਬਾਲਿਆ ਜੀ ਦਾ ਦਰਬਾਰ ਹੈ। ਇਹ ਜਿਹੜਾ ਬਹੁਤ ਫੋਰਟ ਦਰਬਾਰ ਹੈ ਬਾਬੇ ਦੇ ਵਿੱਚ ਕਾਸ਼ਮ ਨਗਰ ਜਾਜਾਕਾਰ ਹੈ। ਔਰ ਅੱਜ ਸਾਡਾ ਮੇਨ ਮਕਸਦ ਜਿਹੜਾ ਦਰਬਾਰ ਦੇ ਵਿੱਚ ਲਾਈਵ ਆਉਣਾ ਹੈ ਕੁਲ ਦੇਵਤਾ ਬਾਬਾ ਕਾਲੀਵੀਰ ਚੈਨਲ ਉੱਪਰ, ਅਸੀਂ ਤਾਂ ਕਰੀ ਆਏ ਹਾਂ ਕਿ ਬੜੇ ਅੱਛੇ ਦਿਨ ਦੇ ਉੱਪਰ ਜਿਹੜਾ ਬੜਾ ਅੱਛੇ ਗੁਰੂ ਲੋਕਾਂ ਨਾਲ ਕਾਰੇ 21 ਤਰੀਕ ਗੁਰਪੁਰਨਿਮਾ ਆ ਰਹੀ ਹੈ। ਔਰ ਤਾਂ ਕਰੀਏ ਅਸੀਂ ਇੰਟਰਵਿਊ ਦੇਣ ਲੱਗੇ ਹਾਂ ਕਿ ਇਹਨੇ ਦਿਨ ਦੇ ਉੱਪਰ ਗੁਰੂ ਲੋਕਾਂ ਦੀ ਪੂਜਾ ਹੁੰਦੀ ਹੈ, ਘਰ ਘਰ ਦੇ ਵਿੱਚ ਲੋਕ ਆਪਣੇ ਆਪਣੇ ਗੁਰੂ ਦੇ ਦਰਬਾਰ ਦੇ ਵਿੱਚ ਜਾਂਦੇ ਨੇ। ਤੇ ਗੁਰਪੁਰਨਿਮਾ ਦੇ ਦਿਨ ਐਸਾ ਕੀ ਹੋਇਆ ਹਾ ਕਿ ਜਿਹੜੀ ਲੋਕ ਗੁਰੂ ਦੀ ਮੰਨਤਾ ਕਰਦੇ ਨੇ, ਆਦੇ ਕਿ ਇਸ ਦਿਨ ਦੇ ਉੱਪਰ ਗੁਰੂ ਲੋਕਾਂ ਦਾ ਜਨਮ ਹੋਇਆ। ਵੇਦ ਵਿਆਸ ਰਿਸ਼ੀ ਹੋਏ ਜਿੰਦਾ ਇਸ ਦਿਨ ਗੁਰਪੁਰਨਿਮਾ ਦੇ ਦਿਨ ਜਨਮ ਹੋਇਆ, ਉਹਨੇ 4 ਦੇਹ ਦਾ ਜਿਹੜਾ ਉਦਘਾਟ ਕੀਤਾ, ਜਿਹੜਾ ਆਪਣਾ ਨਿਰਮਾਣ ਕੀਤਾ ਦਾ, ਤੇ ਉਸ ਦਿਨ ਉਹਨੇ 4 ਦੇਹ ਦੀ ਜਾਗਰਤ ਕੀਤੀ ਸੀ, ਤਾਂ ਕਰੀਏ ਉਹਦੇ ਨਾਂ ਕੰਨੇ ਗਏ ਇਹ ਗੁਰਪੁਰਨਿਮਾ ਬਣਾਈ ਗਈ ਹੈ। ਤੇ ਇਹਨੇ ਦਿਨਾਂ ਦੇ ਉੱਪਰ ਗੁਰੂਆਂ ਦੀ ਪੂਜਾ ਹੁੰਦੀ ਹੈ, ਤੇ ਗੁਰੂ ਜਿੰਦੇ ਜਿੰਦੇ ਵੀ ਗੁਰੂ ਲੋਕ ਹੈ ਨਾ, ਆਪਣੇ ਆਪਣੇ ਗੁਰੂ ਦੀ ਪੂਜਾ ਕਰੋ, ਆਪਣੇ ਮਾਂ ਪਿਤਾ ਦੀ ਪੂਜਾ ਕਰੋ। ਸਭ ਤੋਂ ਪਹਿਲੇ ਤੇ ਇਨਸਾਨ ਦੇ ਜਿਹੜੇ ਗੁਰੂ ਨੇ ਉਹ ਮਾਂ ਪਿਤਾ ਨੇ। ਆਖਦੇ ਕਿ ਮੰਦਰਾਂ ਵਿੱਚ ਜਾਂ ਗੁਰੂ ਦਰਬਾਰ ਦੇ ਵਿੱਚ ਜਾਣਾ ਤੇ ਆਪਣੇ ਮਾਂ ਪਿਤਾ ਕੀ ਧੱਕੇ ਮਾਰਨੇ, ਉਹ ਵੀ ਗੱਲ ਚੰਗੀ ਨਹੀਂ ਹੈ। ਪਹਿਲੇ ਗੁਰੂ ਜਿਹੜੇ ਮਾਂ ਪਿਤਾ ਨੇ, ਤੇ ਮਾਤ ਪਿਤਾ ਦੀ ਪੂਜਾ ਕਰਕੇ ਤੇ ਫਿਰ ਕਿਆ ਗੁਰੂ ਦੇ ਦਰਬਾਰ ਪੁੱਜ ਸਕਦੇ ਹੋ। ਤੇ ਗੁਰੂ ਦੀ ਪੂਜਾ ਕਰਨਾ, ਭਗਵਾਨ ਦੀ ਪੂਜਾ ਕਰਨਾ, ਮਗਰ ਕੁਛ ਲੋਕ ਐਸੇ ਨੇ ਕਿ ਜਿਹੜੀ ਗੁਰੂ ਬਣਾਈ ਹੈ ਗੁਰੂ ਦੀ ਬੇਕਦਰੀ ਕਰਦੇ ਨੇ। ਤੇ ਮੈਂ ਸਾਰੇ ਜੀ ਇਸ ਚੈਨਲ ਦੇ ਰਾਹੀਂ ਸਾਰੇ ਜੀ ਇਹ ਸੂਚਿਤ ਕਰਨਾ, ਕਿਉਂਕਿ ਆਪਣੇ ਜਿਹੜੀ 21 ਤਰੀਕ ਗੁਰੂ ਪੂਰਨਿਮਾ ਆਦਿ ਹੈ, ਉਸ ਦਿਨ ਆਪਣੇ ਗੁਰੂ ਦਰਬਾਰ ਦੇ ਵਿੱਚ ਜਾਈਏ, ਗੁਰੂ ਦੇ ਵਸਤਰ ਬਣਾਓ, ਗੁਰੂਆਂ ਦੇ ਸਿਰ ਕੱਟੋ ਔਰ ਗੁਰੂ ਦੇ ਮਿੱਠੇ ਮੂੰਹ ਕਰਵਾਓ। ਆਪਣੇ ਨੇਕ ਕਮਾਈਆਂ ਵਿੱਚੋਂ ਛਾਲ ਦੀ ਇੱਕ ਵਾਰੀ ਗੁਰੂ ਪੂਰਨਿਮਾ ਆਉਂਦੀ ਹੈ, ਆਪਣੇ ਆਪਣੇ ਗੁਰੂ ਦੇ ਚਰਨੇ ਵਿੱਚ ਜਾਓ, ਗੁਰੂਆਂ ਕੋਲ ਅੱਛੀ ਸ਼ਿਕਸ਼ਾ ਪਾਓ। ਗੁਰੂ ਸਾਰੇ ਚੰਗੇ ਹੁੰਦੇ, ਕਿਸੇ ਦੀ ਵੀ ਬੁਰਾਈ ਨਹੀਂ ਕਰਨੀ। ਆਖਦੇ ਕਿ ਗੁਰੂ ਏਕ ਤੇ ਸੇਵਾ ਨੇਕ ਹੁੰਦੀ ਹੈ, ਤੇ ਸਾਰੇ ਉਸ ਦਿਨ ਆਪਣੇ ਗੁਰੂ ਦੀ ਪੂਜਾ ਕਰੋ। ਤੇ ਗੁਰੂ ਦੀ ਪੂਜਾ ਦੇਵਤੇ ਦੀ ਪੂਜਾ ਹੁੰਦੀ ਹੈ, ਗੁਰੂ ਦੀ ਪੂਜਾ ਮਾਤ ਪਿਤਾ ਦੀ ਪੂਜਾ ਹੁੰਦੀ ਹੈ। ਤੇ ਸਾਰੇ ਕੀ ਅੱਤ ਬੰਨੀ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਪੁਰਨਿਆ ਦੇ ਦਿਨ ਆਪਣੇ ਆਪਣੇ ਗੁਰੂ ਗੁਰੂ ਚਰਨੇ ਹੱਥ ਲਾਈਏ ਔਰ ਉਹਦੇ ਕੋਲੋਂ ਪਿਆਰ ਪਾਓ, ਆਸ਼ੀਰਵਾਦ ਪਾਓ। ਜੈ ਮਾਤਾ ਦੀ, ਜੈ ਬਾਬਾ ਦੀ। ਮੈਂ ਰਕੇਸ਼ ਕੁਮਾਰ ਜੋਗੀ ਮੰਡਾਲ ਪਲੈਨ ਤੋਂ ਕੁਲ ਦੇਵਤਾ ਬਾਬਾ ਕਾਲੀਵੀਰ ਚੈਨਲ ਲਾਇਆ ਹਾਂ। ਜੈ ਮਾਤਾ ਜੀ ਦੀ, ਜੈ ਬਾਬਾ ਜੀ ਦੀ। ਅੱਜ ਅਸੀਂ ਜਿਸ ਦਰਬਾਰ ਦੇ ਵਿੱਚ ਆ ਰਹੇ ਹਾਂ,
ਇਹ ਦਰਬਾਰ ਹੈ ਬਾਵੇ ਕਾਸਿਮ ਨਗਰ, ਔਰ ਇਸ ਦਰਬਾਰ ਦੇ ਜਿਹੜੇ ਸੇਵਾਦਾਰ ਨੇ ਸ਼੍ਰੀਮਾਨ ਛੱਜੂ ਬਾਬਾ ਜੀ ਔਰ ਬੈਠੇ ਨੇ। ਆਓ ਅਸੀਂ ਇਹਦੇ ਕੰਨੇ ਵੀ ਗੱਲਬਾਤ ਕਰੀਏ ਔਰ ਇਹਨੀ ਪੁੱਛਣਾ ਕਿ ਗੁਰੂ ਮਹਾਰਾਜ ਜੀ ਦੀ ਆਰਾਧਨਾ ਔਰ 21 ਤਰੀਕ ਜਿਹੜੀ 21 ਜੁਲਾਈ ਦੀ ਗੁਰਪੁਰਨਿਆ ਆ ਰਹੀ ਹੈ, ਇਹਦੇ ਕੀ ਵਿਚਾਰ ਨੇ ਬਾਬਾ ਜੀ? ਜੈ ਬਾਬਾ ਜੀ। ਜੈ ਬਾਬਾ ਜੀ। 21 ਜੁਲਾਈ ਦੀ ਗੁਰਪੁਰਨਿਆ ਆ ਰਹੀ ਹੈ, ਸਾਰੀ ਹਰ ਇੱਕ ਚੇਲੇ ਅੱਗੇ ਸੇਵਾਦਾਰ ਅੱਗੇ ਇੱਕੋ ਗੈ ਆਰਾਧਨਾ ਹੈ ਕਿ ਬਾਈ ਆਪਣੇ ਆਪਣੇ ਗੁਰੂ ਗੱਦੀ ਪਰ ਜਾਓ, ਗਈ ਅਸੀਸ ਚੁਕਾਓ, ਕਿਉਂਕਿ ਜਗ ਵੀ ਮਿਲਦਾ ਹੈ ਇੱਕ ਗੁਰੂ ਗੱਦੀ ਪਰ ਮਿਲਦਾ ਹੈ, ਔਰ ਜਿਹੜੇ ਉੱਥੇ ਬੈਠੇ ਦੇ ਹੁੰਦੇ ਦੇਣੇ ਵਾਲੇ ਉਹ, ਇਸ ਕਰੀਏ ਆਪਣੇ ਆਪਣੇ ਗੁਰੂ ਮਹਾਰਾਜ ਦੀ ਆਰਾਧਨਾ ਕਰਨੀ, ਗਈ ਅਸੀਸ ਚੁਕਾਉਣਾ, ਗੁਰਪੁਰਨਿਆਂ ਦੀ ਮੱਥਾ ਟੇਕਣਾ, ਹਰ ਸ਼ਿਸ਼ੇ ਦਾ ਇਹ ਕਰਮ ਬਣਦਾ ਹੈ। ਕਿਆ ਉਹ ਦੇਵ ਲੋਕਾਂ ਦੀ ਲੈਣ 'ਚ ਹੈ, ਕਿਆ ਉਹ ਸਾਧਨਾ ਦੀ ਲੈਣ 'ਚ ਹੈ, ਕਿਆ ਉਹ ਜਿਹੜਾ ਕੋਈ ਭਜਨ ਲੈਦਾ, ਮਤਲਬ ਕਿ ਆਪਣੇ ਗੁਰੂ ਦੀ ਆਰਾਧਨਾ ਹੀ ਸਭ ਤੋਂ ਵੱਡਾ ਕਰਮ ਹੈ। ਜਿੰਨਾ ਹੋ ਸਕੇ ਬੜੀ ਚੜ੍ਹੀਏ ਕਿ ਤਰੀਕ ਆਪਣੇ ਗੁਰੂਆਂ ਦੇ ਜਾਓ, ਮੱਥੇ ਟੇਕੋ, ਉਹਦੇ ਕੋਲ ਆਸ਼ੀਰਵਾਦ ਪ੍ਰਾਪਤ ਕਰੋ, ਸਭ ਦਾ ਕਲਿਆਣ ਹੁੰਦਾ। ਬੜੇ ਪਿਆਰ ਦੇ ਕੰਨੇ ਗੁਰੂਆਂ ਦੇ ਬਚਨ ਦੇ ਉੱਪਰ ਆਹੋ ਤੁਸੀਂ ਇੱਕ ਗੁਰੂ ਕਾਰਕ ਸੁਣਾਉਂਦੇ ਹਾਂ ਕਿ ਗੁਰੂ ਕੋਲ ਆਪਣੇ ਜੀਵਨ ਦਾ ਸੁਧਾਰ ਕਿਵੇਂ ਕਰਾਉਣਾ, ਅਤੇ ਇੱਕ ਮੈਂ ਕਾਰਕ ਸਮਰਾਟ ਰਕੇਸ਼ ਕੁਮਾਰ ਜੋਗੀ ਕਿਵੇਂ ਆਪਣੇ ਗੁਰੂ ਦੇ ਚਰਨੇ ਵਿੱਚ ਜਾਈਏ, ਗੁਰੂ ਕੋਲੋਂ ਆਪਣੇ ਸਰੀਰ ਦਾ ਕਿਹੜੇ ਲੇਖ ਲਿਖਵਾਉਣਾ ਅਤੇ ਕਿਵੇਂ ਕਿਵੇਂ ਚੱਲਦਾ, ਆਹੋ ਤੁਸੀਂ ਕਾਰਕ ਦੇ ਰੂਪ ਨੂੰ ਸੁਣਾਈਏ। ਅਤੇ ਸਾਰੇ ਹੀ ਚੰਗਾ ਲੱਗਣਾ ਚਾਹੀਦਾ, ਅਤੇ ਸਾਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ, ਔਰ ਉਲ ਦੇਤਾ ਬਾਬਾ ਕਾਲਵੀਰ ਚੈਨਲ ਕੀ ਲਾਈਕ ਕਮੈਂਟ ਸ਼ੇਅਰ ਹਰ ਇੱਕ ਚੀਜ਼ ਕਰੋ, ਕਿਉਂਕਿ ਆਹਦੇ ਕਿ ਇਹੋ ਇੱਕ ਚੈਨਲ ਹੈ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਘਰ ਘਰ ਲੋਕਾਂ ਦੀ ਅੱਛੀ ਆਰਾਧਨਾ ਪੂਜਾ ਪਾਠ ਕਰਨ ਦਾ ਦੱਸਦਾ, ਔਰ ਇਹੋ ਚੈਨਲ ਦੇ ਮਾਧਿਅਮ ਹਰ ਇੱਕ ਨਾਥ ਚੇਲਾ ਮੰਡਲੀ ਸਾਰਿਆਂ ਦੀ ਘਰ ਘਰ ਪਤਾ ਚੱਲਦਾ ਕਿ ਦੇਵੀ ਦੇਵਤੇ ਕਿਹ ਨੇ, ਅਤੇ ਜੈ ਜੈਕਾਰੇ ਹੈ ਸਾਰੇ ਦੀ, ਅਤੇ ਜੈਕਾਰਾ ਬਾਬਾ ਕਾਲੀਵੀਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ। ਆਓ ਇੱਕ ਗੁਰੂ ਦੀ ਸਿਫਤ ਕਰਵਾਈਏ ਅਤੇ ਗੁਰੂ ਚਰਨ ਲੈ। ਆਓ ਜੀ ਬੜੇ ਪਿਆਰ ਦੇ ਕੰਨੇ ਅੱਜ ਮਾਤਾ ਬਾਵੇ ਵਾਲੀ ਦਰਬਾਰ ਦੇ ਵਿੱਚ ਹਾਜ਼ਰੀਆਂ ਬਹੁਤ ਫੋਟ ਕਾਸ਼ਮ ਨਗਰ ਦੇ ਵਿੱਚ ਦਰਬਾਰ ਹੈ, ਇਸ ਦਰਬਾਰ ਦੇ ਵਿੱਚ ਬੈਠਦੇ ਹਾਂ। ਇੱਥੋਂ ਦੇ ਸੇਵਾਦਾਰ ਮੰਤ ਸ਼੍ਰੀਮਾਨ ਸੱਜੂ ਬਾਬਾ ਜੀ ਜਿਹੜੇ ਦਰਬਾਰ ਦੇ ਵਿੱਚ ਵਿਰਾਜਮਾਨ ਹੈ, ਦੂਰ ਦੂਰ ਦੁਨੀਆਂ ਆਉਂਦੀ ਹੈ, ਬਾਬਾ ਜੀ ਦਾ ਆਸ਼ੀਰਵਾਦ ਪਾਉਂਦੀ ਹੈ। ਜੰਮੂ ਕਸ਼ਮੀਰ ਦੀ ਧਰਤੀ ਹੈ, ਦੇਵੀ ਦੇਵਤ ਮੰਦਰਾਂ ਦਾ ਸ਼ਹਿਰ ਹੈ। ਆਓ 21 ਤਰੀਕ ਗੁਰੂ ਪੂਰਨਿਮਾ ਆਦਿ ਹੈ, ਅਤੇ ਆਪਣੇ ਆਪਣੇ ਗੁਰੂਆਂ ਮਹਾਰਾਜ ਦੇ ਅੱਗੇ ਇਹੋ ਫਰਿਆਦ ਕਰਨੀ ਹੈ ਕਿ ਗੁਰੂ ਮਹਾਰਾਜ ਸਾਡੇ ਜਿਹੜੇ ਲੇਖ ਇੱਕ ਲੇਖ ਬੜੇ ਪਿਆਰ ਦੇ ਕੰਨੇ ਲਿਖਿਓ ਕਿ ਸਾਡਾ ਜਿਹੜਾ ਅੱਛੇ ਕਰਮ ਹੋਣ ਅਤੇ ਹਰ ਇੱਕ ਇਨਸਾਨ ਆਪਣੇ ਗੁਰੂ ਚਰਨੀ ਲੱਗਿਆ। ਬੋਲੋ ਸੱਚੇ ਦਰਬਾਰ ਕੀ। ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ ਕਲਮ ਦਵਾ ਦੀ ਅਸੀਂ ਤੇਰੇ, ਓਏ ਚੰਗੇ ਮੇਰੇ
We'll be right back.